अभी कोई आया ही नहीं यार। आओ आ गया वरेंद्र होर के। मैं वरेंद्र भाई जा ठीक है, तू सुना नूर कने ठीक है? ओके बह गया, कुछ नहीं होता थले हो के बैठा मार के। चलिए फिर सरूगढ़। सरूगढ़ तो चल बढ़ दे कि सेवा से सेवा करनी चाहिए सेवा तो गट्टे गुट्टे उपर दे करने चाहिए। फूस मंडी आले होर जो पिंड डूबी गए बेचारे जो सारे लोग हजे किश्तियां लई फिरदे आ उत्थे ਭਾਵੇਂ ਸਿੱਧੂ ਵਰਗੀ ਕਿਸ਼ਤੀ ਲਈ ਫਿਰਦੇ ਆ। ਮੈਂ ਹੁਣ ਲਾਈਵ ਜਿਹਾ ਦੇਖਿਆ ਸੀ ਉਹਦਾ, ਕਿਸ਼ਤੀ ਲਈ ਫਿਰਦੇ ਆ ਉਹ ਬੰਦੇ ਬਚਾਉਂਦੇ ਹੀ ਫਿਰਦੇ ਆ, ਪਾਣੀ ਪੂਣੀ ਦਿੰਦੇ ਫਿਰ। ਵਧੀਆ ਗੱਲ ਆ ਯਾਰ, ਜਿਹੜਾ ਬੰਦਾ ਸੇਵਾ ਕਰਦਾ ਵਧੀਆ ਗੱਲ ਆ, ਕਰਨੀ ਚਾਹੀਦੀ ਸੇਵਾ। ਲੰਗਰ ਵੀ ਪਹੁੰਚਾਉਣਾ ਚਾਹੀਦਾ ਆਪਣੇ ਪਿੰਡ ਨੂੰ। ਗਏ ਆ ਲੰਗਰ ਵਾਲੇ, ਚੱਲ ਦਾਲ ਰੋਟੀ ਵਾਸਤੇ ਤਾਂ ਚੱਲ ਬੈਠ ਕੇ ਖਾਣਾ ਪੋਹਣਾ, ਮਿੱਠੀਆਂ ਰੋਟੀਆਂ ਨਾਲ ਅਚਾਰ ਹੀ ਭੇਜ ਦੇ। ਹਾਂ ਉਹ ਦੁਨੀਆ ਦੀ ਸ਼ਾਦਾ ਕੋਈ ਮਰਜ਼ੀ ਭੇਜੀ ਆਵੇ। ਫੱਗੂ ਪਿੰਡ ਤੋਂ ਭੇਜਿਆ ਮਿੱਠੀਆਂ ਰੋਟੀਆਂ ਦੇ ਅਚਾਰ। ਅੱਛਾ ਚਲੋ ਵਧੀਆ ਗੱਲ ਆ ਯਾਰ, ਜੀ ਤੋਂ ਜਿੰਨੀ ਸੇਵਾ ਹੁੰਦੀ ਆ ਉਹ ਘਰੇ ਵੱਧ ਤੋਂ ਵੱਧ ਕੀ ਚੀਜ਼ ਆ। ਗੱਟੇ ਲੈ ਕੇ ਪਹੁੰਚੋ ਜਿੰਨੇ ਪਹੁੰਚ ਸਕਦੇ, ਹੈ ਨਾ ਗੱਟੇ ਦੇ ਟਰੈਕਟਰ ਟਰਾਲੀ। ਹਾਂ ਜਿੰਨੇ ਪਹੁੰਚੋਗੇ ਬੰਦੇ ਲੈ ਕੇ ਉਨੇ ਹੀ ਗੱਲ ਬਣਾਉਣੀ। ਹਾਂ ਵੱਧ ਤੋਂ ਵੱਧ ਬੰਦੇ ਲੈ ਕੇ ਪਹੁੰਚਣਾ, ਵੱਧ ਤੋਂ ਵੱਧ ਹੋਰ ਸਮਾਨ ਜਿਹੜਾ ਸਮੱਗਰੀ ਆ ਉਹ। ਪਾਣੀ ਪੂਣੀ ਤਾਂ ਲੋਕ ਮੰਗੂ ਹੀ ਨਹੀਂ ਮੁੱਕਣ ਦਿੰਦੇ। ਹਾਂ ਪਾਣੀ ਦੀਆਂ ਬਿਸਲਰੀ ਵਾਲੀਆਂ 20 ਵਾਲੀਆਂ ਬੋਤਲਾਂ ਹੋ ਜਿਹੜੀਆਂ ਨਿੱਕੀਆਂ ਨਿੱਕੀਆਂ ਹੁੰਦੀਆਂ ਲੋਕਾਂ ਕੋਲ ਵਾਧੂ, ਉਹ ਚੀਜ਼ ਵਧੀਆ ਆਏ ਤਾਂ ਨਾਲੇ ਬੰਦਾ ਪਾਣੀ ਪੀ ਲੈਂਦਾ, ਹੈ ਨਾ ਅਹੀਆਂ ਚੀਜ਼ਾਂ ਵਧੀਆ। ਚਲੋ ਵਧੀਆ ਵਿਸ਼ਕਾਰ ਹੋਏ ਹੋਏ ਆ, ਵਧੀਆ ਗੱਲ ਆ ਯਾਰ। ਜਿਹੜੇ ਬੰਦੇ ਕਿਸ਼ਤੀ ਲੈ ਕੇ ਬਚਾਉਂਦੇ ਫਿਰਦੇ ਆ ਹੈ, ਉਹਨਾਂ ਨੂੰ ਸਾਰਿਆਂ ਨੂੰ ਮੈਂ ਤਾਂ ਕਹਿਣਾ ਸਲੂਟ ਆ ਮੇਰੇ ਵੱਲੋਂ ਤਾਂ ਭਾਈ, ਸਲੂਟ ਆ। ਹੈ ਪੂਰਾ ਵਧੀਆ ਕੰਮ ਕਰ ਰਹੇ ਆ, ਮੈਂ ਤਾਂ ਕਹਿਣਾ ਕਰੀ ਜਾਣ। ਆਪਾਂ ਤੋਂ ਤਾਂ ਹੁਣ ਪਹੁੰਚਿਆ ਨਹੀਂ ਜਾਂਦਾ, ਚਲੋ ਆਪਾਂ ਨਿੱਕੇ ਜਵਾਕ ਹੈ ਨਾ, ਆਪਾਂ ਤਾਂ ਗੱਲ ਮੰਗਦੇ ਜੇ ਆਪਾਂ ਵੀ ਹੁੰਦੇ ਵੱਡੇ, ਆਪਾਂ ਵੀ ਕੁਛ ਨਾ ਕੁਛ ਹੁਣ ਘਰ ਵਿਹਲੇ ਫਿਰਨਾ ਤਾਂ ਉੱਥੇ ਕਰਦੀ। ਆਪਣੇ ਪਿੰਡੋਂ ਕਰਦੇ ਆ ਲੋਕ ਜਿਹੜੇ ਵਧੀਆ ਗਏ ਆ ਉਹਦਾ, ਉਹਨਾਂ ਦਾ ਚੱਲ ਧੰਨਵਾਦ ਵਧੀਆ, ਹੈ ਨਾ ਵਧੀਆ ਗੱਲ ਕਰਨਾ ਚਾਹੀਦਾ। ਸਤਿ ਸ਼੍ਰੀ ਅਕਾਲ ਭਾਈ ਦੋਸਤੋ, ਉਮੀਦ ਕਰਦੇ ਸਾਰੇ ਠੀਕ ਠਾਕ ਹੋਣਗੇ। ਇੱਕ ਆ ਜੀ ਬਈ ਆਹੀ ਗੱਲ ਕਹਿੰਦੇ ਸੀਗੇ ਵੀ ਸਾਡੇ ਇੱਥੇ ਸਰੂਗੜ੍ਹ ਦੇ ਵਿੱਚ ਨਾ ਪਾਣੀ ਆ ਗਿਆ, ਪਾਣੀ ਡਿਗਾਰ ਆ ਗਿਆ ਸੀ ਮੈਨੂੰ, ਪਾਣੀ ਆ ਗਿਆ ਅਤੇ ਵੱਧ ਤੋਂ ਵੱਧ ਲੋਕ ਉੱਥੇ ਪਹੁੰਚੋ ਬਾਈ ਬਣੇ, ਹੈ ਨਾ ਫੂਸ ਮੰਡੀ ਅਤੇ ਉਹ ਰੋਡ ਕਿਲਾ ਬੰਨ ਵੀ ਟੁੱਟ ਗਿਆ ਨਾ। ਹਾਂ ਅਤੇ ਪੁਲ 'ਤੇ ਤਾਂ ਉਹਨਾਂ ਤਾਂ ਬੰਨ ਲਾ ਹੀ ਦਿੱਤਾ ਹੈ ਨਾ, ਕੱਲ੍ਹ ਲਾਈ ਜਾਂਦੀ ਅਤੇ ਸਰੂਗੜ੍ਹ ਦੇ ਵਿੱਚ ਪਾਣੀ ਆ ਗਿਆ। ਕੈਂਚੀਆਂ ਕਰੋ, ਕੈਂਚੀਆਂ 'ਤੇ ਤਾਂ ਨਹੀਂ ਆਇਆ ਯਾਰ, ਆਉਣ ਵਾਲਾ ਕੈਂਚੀਆਂ 'ਤੇ ਬਈ, ਬਿਜਲੀ ਘਰ 'ਚ ਵੀ ਆ ਗਿਆ ਉਮਲਾ, ਹੈ ਨਾ ਅਤੇ ਪਾਣੀ ਆ ਗਿਆ ਬਾਈ ਬਣੇ। ਜਿਹੜੇ ਵੀ ਆਪਣੇ ਇੱਥੇ ਸਰੂਗੜ੍ਹ ਦੇ ਇਲਾਕਾ ਨਿਵਾਸੀ ਆ ਉਹ ਵੱਧ ਤੋਂ ਵੱਧ ਜਾਣੇ ਗੱਟੇ ਲੈ ਕੇ ਪਹੁੰਚੋ। ਇਹ ਜਿਹੜੇ ਗੱਟਾ ਆਪਣਾ ਬਈ ਨਹੀਂ ਸਰਦਾ, ਗੱਟੇ ਲੈ ਕੇ ਪਹੁੰਚੋ ਅਤੇ ਹੋਰ ਵੀ ਜਿਹੜੇ ਸਾਰੇ ਪਿੰਡਾਂ ਦੀ ਨਰੇਗਾ ਲੱਗ ਰਹੀ ਆ ਗੱਟੇ ਗੁੱਟੇ ਭਰਨਾ, ਚਲੋ ਵਧੀਆ ਗੱਲ ਆ। ਜਿਹੜੇ ਫੂਸ ਮੰਡੀ ਵਰਗੇ ਪਿੰਡ ਆ ਬਈ ਜਿਵੇਂ ਡੁੱਬ ਗਏ ਜਿਹੜੇ ਹੋਰ, ਹੈ ਨਾ ਉੱਥੇ ਭਾਵੇਂ ਸਿੱਧੂ ਵਰਗੇ ਫਿਰਦੇ ਆ ਜਿਹੜੇ ਬਈ ਕਿਸ਼ਤੀ ਲੈ ਕੇ ਜਾਂ ਕੋਈ ਹੋਰ ਲੋਕ ਫਿਰਦੇ ਆ ਵਾਧੂ ਫਿਰਦੇ ਆ ਉਹ ਨਹੀਂ, ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਵੀ ਸਾਡੇ ਇਲਾਕੇ ਜਾ ਕੇ ਵਧੀਆ ਸੇਵਾ ਕਰਦੇ ਆ, ਹੈ ਉਹਨਾਂ ਦਾ ਧੰਨਵਾਦ ਵੀ ਸਾਡੇ ਇਲਾਕੇ ਦੇ ਵਿੱਚ ਲੋਕ ਥੋੜ੍ਹੇ ਜਿਹੇ ਜਿਲ੍ਹੇ ਕਹਿ ਸਕਦੇ ਹਾਂ ਬਈ ਜ਼ਿਲ੍ਹੇ ਆ, ਕੱਟ ਕੁੱਟੀ ਕਰਦੇ ਆ ਕੰਮ ਨੂੰ ਕਰ। ਐਤਕੀ ਸਾਡੇ ਲੋਕਾਂ ਨੇ ਬਹੁਤ ਉਹ ਦਿਖਾਈ, ਹੋਰ ਬਾਹਲੇ ਪਿੰਡਾਂ 'ਚ ਲੋਕ ਕੱਲ੍ਹ ਪਰਸੋਂ ਰੋੜਕੀ ਬੰਨ੍ਹ ਬੰਨਿਆ ਹੈ ਨਾ, ਰੋੜਕੀ ਬਹੁਤ ਆਰਮੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਅਸੀਂ ਜਿਹੜੀ ਇੱਥੇ ਆ ਰਹੀ ਆ ਬਈ ਸਾਡੇ ਇੱਥੇ ਇਲਾਕੇ ਦੇ ਵਿੱਚ ਸੁਰੱਖਿਆ ਕਰ ਰਹੀ ਆ। ਹੁਣ ਬਈ ਮੈਂ ਬਹੁਤ ਬੋਲਦਾ, ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਕਰੋ, ਲਾਈਕ ਕਰਦੇ ਕਰੋ, ਕਮੈਂਟ ਕਰਦੇ ਕਰੋ, ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਇਕਨ ਦਾ ਪ੍ਰੈਸ। ਹੁਣ ਦੋ ਸ਼ਬਦ ਵਰਿੰਦਰ ਕਹੇਗਾ ਨਾ, ਚੱਲ ਠੀਕ ਆ ਧੰਨਵਾਦ।